ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਜੀ20 ਸਿਖਰ ਸੰਮੇਲਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਕਰਕੇ ਭੀੜ-ਪਾੜ ਵਾਲੀ ਦਿੱਲੀ ਪੂਰੀ ਤਰ੍ਹਾਂ ਸ਼ਾਂਤ ਹੈ ਕੱਲ ਤੋਂ ਦਿੱਲੀ ਵਿੱਚ ਇੱਕ ਸਨਨਾਟਾ ਪਸਰਿਆ ਹੋਇਆ ਹੈ ਕੱਲ ਤੱਕ ਇਸੇ ਤਰ੍ਹਾਂ ਰਹੇਗਾ ਕਿਉਂਕਿ ਸਰਕਾਰ ਨੇ ਦਿੱਲੀ ਦੇ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਨੇ ਖਾਸ ਕਰਕੇ ਨਵੀਂ ਦਿੱਲੀ ਦੇ ਵਿੱਚ ਸੜਕਾਂ ਬਿਲਕੁਲ ਖਾਲੀ ਦਿਖਾਈ ਦੇਣਗੀਆਂ ਹਾਲਾਂਕਿ ਚੌਰਾਹਿਆਂ ਦੇ ਉੱਤੇ ਪੰਛੀ ਨੇ ਜਿਹੜੇ ਉਹ ਦਾਣਾ ਚੁਗਦੇ ਜ਼ਰੂਰ ਦਿਖਾਈ ਦੇਣਗੇ ਪਰ ਆਮ ਲੋਕਾਂ ਦੀ ਜ਼ਿੰਦਗੀ ਇੱਥੇ ਪੂਰੀ ਤਰ੍ਹਾਂ ਥੰਮ ਗਈ ਹੈ ਪੂਰੀ ਦਿੱਲੀ ਦੇ ਵਿੱਚ ਦੋ ਦਿਨ ਸਕੂਲ ਕਾਲਜ ਵਿਦਿਆਖਾੜੇ ਸਰਕਾਰੀ ਦਫ਼ਤਰ ਪ੍ਰਾਈਵੇਟ ਦਫ਼ਤਰ ਤੇ ਹੋਰ ਕਾਫੀ ਕੁਝ ਬੰਦ ਕਰ ਦਿੱਤਾ ਗਿਆ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸਨਕ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆੰਗ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਅਰਜנטיਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡੇਜ਼ ਕਮਾਂਤਰੀ ਮੁਦਰਾ ਕੋਸ਼ ਦੇ ਮੁਖੀ ਕਿਸਟਲੀਨਾ ਜੋਰਜੀਵਾ ਅਤੇ ਹੋਰ ਕਈ ਵੱਡੇ ਲੀਡਰ ਕੱਲ ਸ਼ਾਮ ਭਾਰਤ ਪਹੁੰਚ ਚੁੱਕੇ ਨੇ ਇਸ ਸਮੇਲਨ ਦੇ ਵਿੱਚ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿੰਗਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਿਲਾਦੀਮੀਰ ਪੁਤਿਨ ਗੈਰ ਹਾਜ਼ਰ ਰਹਿਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਪਹੁੰਚ ਚੁੱਕੇ ਨੇ ਸੰਯੁਕਤ ਰਾਸ਼ਟਰ ਦੇ ਜਨਰਲ 77 ਐਂਟੋਨੀਓ ਗੋਟੇਰੇਸ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ida ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਾਰਲ ਰਾਮਫੋਸਾ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੈਕੋ ਵਿਡੋਡੋ ਤੁਰਕੀ ਦੇ ਰਾਸ਼ਟਰਪਤੀ ਤਈਅਬ ਅਰਦੋਗਾਂ ਦਾ ਭਾਰਤ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਰੂਸ ਦੇ ਰਾਸ਼ਟਰਪਤੀ ਭਾਵੇਂ ਭਾਰਤ ਨਹੀਂ ਪਹੁੰਚੇ ਪਰ ਉਥੋਂ ਦੇ ਵਿਦੇਸ਼ ਮੰਤਰੀ ਸਰਗੇਈ ਲੇਵਰੋਵ ਪਹੁੰਚ ਚੁੱਕੇ ਨੇ ਕਮਾਂਤਰੀ ਮੁਦਰਾਕੋਸ਼ ਯਾਨਕੀ IMF ਦੇ ਮੁਖੀ ਜੋਰਜੀ ਵਾਨੀਤਾ ਹਵਾਈ ਅੱਡੇ ਤੇ ਸੰਗੀਤ ਦੀ ਧੁੰਤੇ ਨ੍ਰਿਤ ਵੀ ਕੀਤਾ ਵਿਦੇਸ਼ਾਂ ਤੋਂ ਪਹੁੰਚਣ ਵਾਲੇ ਸਾਰੇ ਵੱਡੇ ਲੀਡਰਾਂ ਦਾ ਭਾਰਤ ਤੋਂ ਵੱਖ-ਵੱਖ ਸ਼ਖਸੀਅਤਾਂ ਨੇ ਹਵਾਈ ਅੱਡੇ 'ਤੇ ਸ਼ਾਨਦਾਰ ਸਵਾਗਤ ਕੀਤਾ ਭਾਰਤ ਪਹੁੰਚਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਖਾਸ ਮੁਲਾਕਾਤ ਹੋਈ ਦੋਵਾਂ ਵੱਡੇ ਲੀਡਰਾਂ ਨੇ ਆਜ਼ਾਦ ਖੁੱਲੇ ਤੇ ਲਚਕਦਾਰ ਹਿੰਦ-ਪ੍ਰਸ਼ਾਂਤ ਖੇਤਰ ਦੀ ਹਮਾਇਤ ਕਰਦਿਆਂ ਕੁਐਡ ਸਮੂਹ ਦੇ ਮਹੱਤਵ ਤੇ ਜ਼ੋਰ ਦਿੱਤਾ ਇਸ ਮੁਲਾਕਾਤ ਤੋਂ ਬਾਅਦ ਅਮਰੀਕਾ ਤੇ ਭਾਰਤ ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਜਿਸ ਦੀਆਂ ਮੁੱਖ ਗੱਲਾਂ ਨੇ ਕਿ ਭਾਰਤ ਨੂੰ ਸੰਯੁਕਤ ਰਾਸ਼ਟਰ ਵਿੱਚ ਸਥਾਈ ਮੈਂਬਰ ਬਣਾਉਣ ਦੇ ਲਈ ਅਮਰੀਕਾ ਆਪਣਾ ਸਮਰਥਨ ਜਾਰੀ ਰੱਖੇਗਾ ਇੰਡੋ-ਪੈਸੀਫਿਕ ਇਲਾਕੇ ਨੂੰ ਸਤੰਤਰ ਰੱਖਣ ਦੇ ਲਈ ਕੁਐਡ ਦੀ ਅਹਿਮੀਅਤ ਤੇ ਵੀ ਸਹਿਮਤੀ ਬਣੀ ਹੈ ਬਾਈਡਨ ਨੇ ਚੰ드ਰੀਅਨ 3 ਅਤੇ ਆਦਿੱਤਿਆ ਐਲ ਮਿਸ਼ਨ ਦੇ ਲਈ ਭਾਰਤ ਨੂੰ ਵਧਾਈ ਦਿੱਤੀ ਇਸਰੋ ਅਤੇ ਨਾਸਾ ਦੇ ਦਰਮਿਆਨ ਸਹਿਯੋਗ ਵਧਾਉਣ ਤੇ ਜ਼ੋਰ ਦਿੱਤਾ ਜਾਵੇਗਾ ਸੈਮੀਕੰਡਕਟਰ ਸਪਲਾਈ ਚੇਨ ਤੇ ਵੀ ਗੱਲਬਾਤ ਹੋਈ ਇਸ ਇਲਾਕੇ ਵਿੱਚ ਅਮਰੀਕਾ ਭਾਰਤ ਵਿੱਚ ਕੁੱਲ 700 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ ਭਾਰਤ ਅਮਰੀਕਾ ਦਰਮਿਆਨ ਰਣਨੀਤਿਕ ਸਾਂਝੇਦਾਰੀ ਨੂੰ ਜਾਰੀ ਰੱਖਣ ਤੇ ਵੀ ਦੋਵੇਂ ਲੀਡਰਾਂ ਨੇ ਸਹਿਮਤੀ ਜਤਾਈ ਹੈ ਅੱਜ ਜੀ20 ਸਿਖਰ ਸੰਮੇਲਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਟਵੀਟ ਕਰਕੇ ਪਰੋਸਾ ਜਿਤਾਇਆ ਕਿ ਇਹ ਬੈਠਕ ਦੁਨੀਆ ਵਿੱਚ ਮਨੁੱਖ ਕੇਂਦਰਿਤ ਸਮਾਵੇਸ਼ੀ ਵਿਕਾਸ ਦੀ ਦਿਸ਼ਾ ਵਿੱਚ ਇੱਕ ਨਵੀਂ ਸ਼ੁਰੂਆਤ ਕਰੇਗੀ ਜੋ ਬਾਈਡਨ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਤੇ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਸ਼ੇਖ ਹਸਿਨਾ ਤੇ ਪਰਵਿੰਦ ਜਗਨਨਾਥ ਦੇ ਨਾਲ ਵੱਖ-ਵੱਖਰੀਆਂ ਮੁਲਾਕਾਤਾਂ ਕਰਕੇ ਦਵੱਲੇ ਮੁੱਦਿਆਂ ਤੇ ਵਿਚਾਰ-ਚਰਚਾ ਕੀਤੀ ਗਈ ਪੀਐਮਓ ਦੀ ਜਾਣਕਾਰੀ ਮੁਤਾਬਕ ਪੀਐਮ ਮੋਦੀ ਅਗਲੇ 3 ਦਿਨਾਂ ਦੇ ਵਿੱਚ 15 ਦਵੱਲੀਆਂ ਮੀਟਿੰਗਾਂ ਕਰਨਗੇ ਅੱਜ ਯੂਕੇ ਜਾਪਾਨ ਜਰਮਨੀ ਤੇ ਇਟਲੀ ਸਣੇ ਜੀ20 ਵਾਰਤਾ ਦੇ ਵਿੱਚ ਸ਼ਾਮਲ ਕੁਝ ਹੋਰ ਮੁਲਕਾਂ ਦੇ ਆਗੂਆਂ ਨੂੰ ਮੁੱਖ ਸਮਾਗਮ ਤੋਂ ਇਲਾਵਾ ਵੱਖਰੇ ਤੌਰ ਤੇ ਮਿਲਣਗੇ ਤੇ ਕੱਲ ਐਤਵਾਰ ਨੂੰ ਦੁਪਹਿਰ ਦੇ ਖਾਣੇ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋਂ ਦੇ ਨਾਲ ਮੁਲਾਕਾਤ ਹੋਵੇਗੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਨਾਲ ਮੁਲਾਕਾਤ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਗੇਸ਼ੇਖਸੀ ਨਾਲ ਹੋਈ ਗੱਲਬਾਤ ਉਸਾਰੂ ਤੇ ਕਾਰਗਰ ਰਹੀ ਪਿਛਲੇ 9 ਸਾਲਾਂ ਵਿੱਚ ਭਾਰਤ ਬੰਗਲਾਦੇਸ਼ ਦੇ ਰਿਸ਼ਤੇ ਬਹੁਤ ਤਰੱਕੀ ਕੀਤੀ ਹੈ ਅਸੀਂ ਗੱਲਬਾਤ ਦੌਰਾਨ ਕਨੈਕਟੀਵਿਟੀ ਕਮਰਸ਼ੀਅਲ ਲਿੰਕੇਜ ਤੇ ਹੋਰ ਕਈ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਮੋਰੀਸ਼ੀਅਸ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਤੋਂ ਬਾਅਦ ਮੋਦੀ ਨੇ ਕਿਹਾ ਕਿ ਭਾਰਤ ਮੋਰੀਸ਼ੀਅਸ ਸਬੰਧਾਂ ਦੇ ਲਈ ਇਹ ਸਾਲ ਬਹੁਤ ਖਾਸ ਹੈ ਕਿਉਂਕਿ ਅਸੀਂ ਦੋਵੇਂ ਮੁਲਕਾਂ ਦਰਮਿਆਨ ਕੂਟਨੀਤਿਕ ਰਿਸ਼ਤਿਆਂ ਦੀ 75ਵੀਂ ਵਰੇਗੰਡ ਮਨਾ ਰਹੇ ਹਾਂ ਅਸੀਂ ਬੁਨਿਆਦੀ ਢਾਂਚਾ, ਫਿਨਟੈਕ, ਸੱਭਿਆਚਾਰ ਤੇ ਹੋਰ ਕਈ ਖੇਤਰਾਂ ਵਿੱਚ ਸਹਿਯੋਗ ਤੇ ਚਰਚਾ ਕੀਤੀ ਹੈ। ਪੀਐਮ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਆਲਮੀ ਦੱਖਣ ਦੀ ਆਵਾਜ਼ ਅੱਗੇ ਪਹੁੰਚਾਉਣ ਦੇ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ੇਬੈਂਕ ਵੱਲੋਂ ਤਿਆਰ ਕੀਤੀ ਗਈ G20 ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਮੁਲਕ ਦੀ ਤੇਜ਼ੀ ਨਾਲ ਤਰੱਕੀ ਤੇ ਨਵੀਨਤਾ ਦਾ ਪ੍ਰਤੱਖ ਸਬੂਤ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ ਸਿਰਫ 6 ਸਾਲਾਂ ਦੇ ਵਿੱਚ ਵਿਕਤੀ ਟੀਚੇ ਹਾਸਲ ਕੀਤੇ ਨੇ ਜਿਨ੍ਹਾਂ ਨੂੰ ਘੱਟੋ-ਘੱਟ 47 ਸਾਲ ਲੱਗ ਜਾਂਦੇ ਨੇ। ਭਾਰਤ ਪਹੁੰਚਣ ਤੋਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਨੇ ਏਐਨਆਈ ਨੂੰ ਦਿੱਤੇ ਇੱਕ ਖਾਸ ਇੰਟਰਵਿਊ ਦੇ ਵਿੱਚ ਕਿਹਾ ਕਿ ਬਰਤਾਨੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੱਟੜਵਾਦ ਬਰਦਾਸ਼ਤ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਖਾਸ ਤੌਰ ਤੇ ਖਾਲਿਸਤਾਨ ਪੱਖੀਆਂ ਦੇ ਨਾਲ ਨਜਿੱਠਣ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ। ਸੁਨਕ ਦੇ ਨਾਲ ਉਹਨਾਂ ਦੀ ਪਤਨੀ ਅਕਸ਼ਿਤਾ ਮੂਰਤੀ ਵੀ ਭਾਰਤ ਪਹੁੰਚੇ ਨੇ ਯੂਨ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੈਸ ਨੇ ਦਿੱਲੀ ਪਹੁੰਚਣ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀ-20 ਦੇ ਥੀਮ ਵਜੋਂ ਭਾਰਤ ਵੱਲੋਂ ਅਪਣਾਇਆ ਗਿਆ ਇੱਕ ਧਰਤੀ ਇੱਕ ਪਰਿਵਾਰ ਤੇ ਇੱਕ ਭਵਿੱਖ ਦਾ ਨਾਅਰਾ ਅੱਜ ਦੀ ਦੁਨੀਆ ਲਈ အਹਿਮੀयत ਰੱਖਦਾ ਹੈ ਜੇ ਅਸੀਂ ਅਸਲ ਵਿੱਚ ਇੱਕ ਆਲਮੀ ਪਰਿਵਾਰ ਹਾਂ ਸਾਂਝਾ ਪਰਿਵਾਰ ਹਾਂ ਤਾਂ ਅੱਜ ਇੱਕ ਵੰਡੇ ਹੋਏ ਪਰਿਵਾਰ ਦੀ ਤਰ੍ਹਾਂ ਦਿਖਾਈ ਦਿੰਦੇ ਹਾਂ ਮੈਨੂੰ ਉਮੀਦ ਹੈ ਕਿ ਭਾਰਤ ਦੀ ਜੀ-20 ਦੀ ਪ੍ਰਧਾਨਗੀ ਉਹਨਾਂ ਤਬਦੀਲੀਆਂ ਨੂੰ ਅੱਗੇ ਵਧਾਉਣ 'ਚ ਮਦਦ ਕਰੇਗੀ ਜਨਦੀ ਸਾਡੀ ਦੁਨੀਆ ਨੂੰ ਸਖਤ ਜ਼ਰੂਰਤ ਹੈ ਸੋ ਭਾਰਤ ਵਿੱਚ ਹੋ ਰਹੇ ਵੱਡੇ ਜੀ20 ਸੰਮੇਲਨ ਦੌਰਾਨ ਲੋਕਾਂ ਦੀਆਂ ਕੀ ਆਸਾਂ ਨੇ ਪੰਜਾਬ ਤੇ ਭਾਰਤ ਸਮੇਤ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਖਾਸ ਤੌਰ ਤੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਉਹ ਤਸਵੀਰਾਂ ਦਿਖਾਉਂਦੇ ਹਾਂ ਜਿਦੇ ਵਿੱਚ ਜੀ20 ਸਿਖਰ ਸੰਮੇਲਨ ਵਿਰੁੱਧ ਰੋਸ ਮੁਜ਼ਾਰੇ ਹੋਏ ਨੇ ਕੱਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਭਾਰਤ ਦੀਆਂ 16 ਕਿਸਾਨ ਜਥੇਬੰਦੀਆਂ ਦੇ ਵੱਲੋਂ ਜੀ20 ਸਿਖਰ ਸੰਮੇਲਨ ਵਿਰੁੱਧ ਰੋਸ ਮੁਜ਼ਾਰੇ ਕੀਤੇ ਗਏ ਇਹਨਾਂ ਯੂਨੀਅਨਾਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਵੀ ਸ਼ਾਮਲ ਸੀ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪੁਤਲੇ ਫੂਕੇ ਕੇਂਦਰੀ ਸਰਕਾਰ ਵਿਰੁੱਧ ਰੋਸ ਮੁਜ਼ਾਰਾ ਕੀਤਾ ਗਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਦਿੱਲੀ ਵਿੱਚ ਜਿਹੜਾ 2 ਦਿਨਾਂ G20 ਸੰਮੇਲਨ ਹੋ ਰਿਹਾ ਹੈ ਉਹਦੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਵੱਡੇ ਦੇਸ਼ਾਂ ਦੇ ਲੀਡਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਡੀਆਂ ਤੇ ਕਬਜ਼ਾ ਕਰ ਰਹੇ ਨੇ ਇਸ ਦੇ ਵਿਰੋਧ ਵਿੱਚ ਹੀ ਕਹਿੰਦੇ ਅਰਥੀ ਫੂਕ ਮੁਜ਼ਾਰੇ ਕੀਤੇ ਗਏ ਨੇ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ 90 ਥਾਵਾਂ ਤੇ ਮੁਜ਼ਾਰੇ ਕੀਤੇ ਗਏ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੇ ਆਗੂਆਂ ਮਨਜੀਤ ਸਿੰਘ ਨਿਆਲ ਤੇ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਸੁਰੱਖਿਅਤ ਕਰਨ ਲਈ ਬੇਲੂੜੀ ਮਹਿਮਾਨ ਨਿਵਾਜ਼ੀ ਕਰਦਿਆਂ ਸੋਨੇ ਤੇ ਚਾਂਦੀ ਦੇ ਬਰਤਨਾਂ ਵਿੱਚ ਵਿਦੇਸ਼ੀ ਲੀਡਰਾਂ ਨੂੰ ਖਾਣਾ ਖਵਾ ਕੇ ਕਰੋੜਾਂ ਗਰੀਬ ਭਾਰਤੀ ਲੋਕਾਂ ਦੇ ਢਿੱਡ ਵਿੱਚ ਲੱਤ ਮਾਰ ਕੇ ਫੋਕੀ ਅਮੀਰੀ ਦਾ ਝੂਠਾ ਦਿਖਾਵਾ ਕਰ ਰਹੀ ਹੈ ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਕੇਂਦਰ ਸਰਕਾਰ ਤੋਂ ਮੰਗਾਂ ਮੰਨਵਾਉਣ ਦੇ ਲਈ 28 ਸਤੰਬਰ ਨੂੰ ਘਰਾਂ ਚੋਂ ਨਿਕਲ ਕੇ ਰੇਲਵੇ ਲਾਈਨਾਂ ਤੇ ਜ਼ਰੂਰ ਪਹੁੰਚਣ ਤਿੰਨ ਦਿਨਾਂ ਰੇਲ ਰੋਕੋ ਅੰਦਾਲਨ ਅੰਦੋਲਨ ਹੋਵੇਗਾ ਸੋਸ਼ਲ ਮੀਡੀਆ ਤੇ ਪੰਜਾਬ ਦੇ ਹੱਕਾਂ ਬਾਰੇ ਬੋਲਣ ਵਾਲੀ ਨੌਜਵਾਨਾਂ ਦੀ ਜਥੇਬੰਦੀ ਟਰੈਕਟਰ ਟੂ ਟਵਿੱਟਰ ਨੇ ਵੀ ਮੁੱਦਾ ਚੁੱਕਿਆ ਹੈ #G20forAgriculture ਕਹਿੰਦਿਆਂ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਸੰਮੇਲਨ ਦੇ ਵਿੱਚ ਦੁਨੀਆ ਭਰ ਦੇ ਕਿਸਾਨਾਂ ਦੇ ਹੱਕਾਂ ਦੀ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਜੀ20 ਦੇ ਕੋਲ ਤਾਕਤ ਹੈ ਦੁਨੀਆ ਦੇ ਵਿੱਚ ਭੁੱਖਮਰੀ ਨੂੰ ਖਤਮ ਕਰਨ ਦੀ ਅਤੇ ਅਮੀਰ ਗਰੀਬ ਦੇ ਪਾੜੇ ਨੂੰ ਮਿਟਾਉਣ ਦੀ ਪੰਜ ਮੰਗਾਂ ਮੰਨੀਆਂ ਨੇ ਕਿ ਸਭ ਤੋਂ ਪਹਿਲਾਂ ਤਾਂ ਦੁਨੀਆ ਭਰ ਦੇ ਕਿਸਾਨਾਂ ਦੀ ਜਿਹੜੀ ਇੱਕ ਗਰੰਟੀ ਇਨਕਮ ਹੈ ਗਰਾਂਟਿਡ ਆਮਦਨ ਉਹ ਤੈ ਹੋਣੀ ਚਾਹੀਦੀ ਹੈ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਨੂੰ ਕਾਨੂੰਨੀ ਬਣਾਇਆ ਜਾਣਾ ਚਾਹੀਦਾ ਹੈ ਤੀਸਰਾ ਹੈ ਕਿ ਕਿਸਾਨਾਂ ਨੂੰ ਵੀ ਉਸੇ ਤਰ੍ਹਾਂ ਤੁਸੀਂ ਵੈਲਿਊ ਦਿਓ ਉਸੇ ਤਰ੍ਹਾਂ ਸਪੋਰਟ ਕਰੋ ਸਹਿਯੋਗ ਕਰੋ ਜਿਵੇਂ ਕਾਰਪੋਰੇਟ ਘਰਾਣਿਆਂ ਨੂੰ ਕਰਦੇ ਹੋ ਖੇਤੀਬਾੜੀ ਦੇ ਡਬਲਿਊਟੀਓ ਐਗਰੀਮੈਂਟ ਨੂੰ ਰਿਪੀਲ ਕੀਤਾ ਜਾਵੇ ਜਿਸ ਦੀ ਡਿਮਾਂਡ ਜਿਸ ਦੀ ਮੰਗ ਭਾਰਤ ਸਣੇ 47 ਮੁਲਕਾਂ ਦੀਆਂ ਸਰਕਾਰਾਂ ਕਰਦੀਆਂ ਨੇ ਖੇਤੀਬਾੜੀ ਨਾਲ ਸੰਬੰਧਿਤ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਵਿੱਚ ਸੰਤੁਲਿਤ ਭੋਜਨ ਦੀ ਵਚਨਬੱਧਤਾ ਹੋਣੀ ਚਾਹੀਦੀ ਹੈ ਹੁਣ ਜੇ ਗੱਲ ਵਿਦੇਸ਼ਾਂ ਦੀ ਕਰੀਏ ਤਾਂ ਬਰਤਾਨੀਆ ਦੀ ਐਮਪੀ ਪ੍ਰੀਤਕੌਰ ਗਿੱਲ ਨੇ ਵੀ ਐਕਸ ਤੇ ਲਿਖਿਆ ਹੈ ਕਿ ਸਾਡੇ ਲਈ ਬਹੁਤ ਹੀ ਝਟਕੇ ਵਾਲੀ ਗੱਲ ਹੈ ਕਿ ਸਾਡੇ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਮੌਕੇ ਸਾਡੇ ਸਿਟੀਜ਼ਨ ਜਗਤਾਰ ਸਿੰਘ ਜੱਗੀ ਜੋਲ ਦੀ ਰਿਹਾਈ ਬਾਰੇ ਕੋਈ ਗੱਲਬਾਤ ਨਹੀਂ ਕਰਨ ਜਾ ਰਹੇ ਬ੍ਰਿਟਕੋਰ ਗੇਲ ਨੇ ਦੱਸਿਆ ਕਿ ਬਰਤਾਨੀਆਂ ਦੇ 70 ਤੋਂ ਵੱਧ ਮੈਂਬਰ ਪਾਰਲੀਮੈਂਟਾਂ ਨੇ ਕੁਝ ਦਿਨ ਪਹਿਲਾਂ ਹੀ ਰਿਸ਼ੀ ਸੁੰਕ ਦੇ ਭਾਰਤ ਪਹੁੰਚਣ ਤੋਂ ਪਹਿਲਾਂ ਇੱਕ ਮੰਗ ਪੱਤਰ ਸਰਕਾਰ ਨੂੰ ਦਿੱਤਾ ਗਿਆ ਜਿਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਭਾਰਤ ਪਹੁੰਚਣ ਤੇ ਰਿਸ਼ੀ ਸੁੰਕ ਦੇ ਵੱਲੋਂ ਬਰਤਾਨੀਆਂ ਦੇ ਪੀਐਮ ਦੇ ਵੱਲੋਂ ਭਾਰਤ ਦੇ ਪੀਐਮ ਦੇ ਨਾਲ ਸਾਡੇ ਸਿਟੀਜ਼ਨ ਜਗਤਾਰ ਸਿੰਘ ਜੱਗੀ ਜੋਲ ਦਾ ਮੁੱਦਾ ਚੁੱਕਿਆ ਜਾਣਾ ਚਾਹੀਦਾ ਹੈ ਪਰ ਇਸ ਤੇ ਕੋਈ ਗੱਲ ਨਹੀਂ ਹੋ ਰਹੀ ਇਸ ਦਰਮਿਆਨ ਇੱਕ ਹੋਰ ਖਬਰ ਵੀ ਤੁਹਾਨੂੰ ਦੱਸਦਣੀ ਹੈ ਜੀ 20 ਦੇ ਨਾਲ ਹੀ ਜੁੜੀ ਹੋਈ ਹੈ ਕਿ ਭਾਰਤ ਦੇ ਵਿੱਚ ਜਿਹੜਾ ਜੀ 20 ਵੱਡਾ ਸੰਮੇਲਨ ਕਰਵਾਇਆ ਜਾ ਰਿਹਾ ਹੈ ਦੁਨੀਆ ਦਾ ਸੰਮੇਲਨ ਉਸ ਤੋਂ ਪਹਿਲਾਂ 7 ਸਤੰਬਰ ਨੂੰ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੇਤ ਹੋਰ ਜਥੇਬੰਦੀਆਂ ਦੇ ਵੱਲੋਂ G20 ਦੇ ਮੁਲਕਾਂ ਦੇ ਮੂਰੇ ਘੱਟ ਗਿਣਤੀ ਕੌਮਾਂ ਦਾ ਦਰਦ ਬਿਆਨ ਕਰਨ ਦੇ ਲਈ ਜਿਹੜਾ ਇੱਕ ਸੰਮੇਲਨ ਰੱਖਿਆ ਗਿਆ ਸੀ ਉਸ ਨੂੰ ਤਾਰਪੀਡੋ ਕਰ ਦਿੱਤਾ ਗਿਆ ਦਲ ਖਾਲਸਾ ਦੇ ਬੁਲਾਰੇ ਕਮਰਪਾਲ ਸਿੰਘ ਨੇ ਦੱਸਿਆ ਕਿ ਦਿੱਲੀ ਦੇ ਵਿੱਚ ਜਿਸ ਥਾਂ ਤੇ ਸੰਮੇਲਨ ਹੋਣਾ ਸੀ ਉਹਨਾਂ ਨੇ ਐਨ ਮੌਕੇ ਤੇ ਆ ਕੇ ਜਾਣਕਾਰੀ ਦਿੱਤੀ ਕਿ ਜੀ20 ਸੰਮੇਲਨ ਕਰਕੇ ਇਹ ਸਥਾਨ ਨੂੰ ਵੀ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਬੰਦ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਅਜਿਹਾ ਕਰਕੇ ਭਾਰਤ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਇਸ ਮੁਲਕ ਦੇ ਵਿੱਚ ਕਟ ਗਿਣਤੀਆਂ ਦੀ ਆਵਾਜ਼ ਕਿਸ ਤਰ੍ਹਾਂ ਦਬਾਈ ਜਾਂਦੀ ਹੈ। 5 ਤਰੀਕ ਸਵੇਰੇ ਇੱਕ ਫੈਸਲਾ ਆਇਆ ਜਿਹਨੂੰ ਅਸੀਂ ਇੱਕ ਤਾਨਾਸ਼ਾਹੀ ਫੈਸਲਾ ਕਾਂਗੇ। ਇਹ ਕਿਹਾ ਗਿਆ ਕਿ 7 ਤਰੀਕ ਲਈ ਵੀ ਕਲਬ ਬੰਦ ਕਰ ਦਿੱਤਾ ਗਿਆ ਹੈ। ਇੱਕ ਦਿਨ ਰਹਿ ਗਿਆ ਸੀ ਸਾਡੇ ਕੋਲ ਕੋਈ ਵੀ ਬਦਲਵਾ ਪ੍ਰਬੰਧ ਨਾ ਹੋਣ ਕਰਕੇ ਸਾਨੂੰ ਆਪਣਾ ਪ੍ਰੋਗਰਾਮ ਜਿਹੜਾ ਉਹ ਜਿਹੜਾ ਪ੍ਰੋਗਰਾਮ ਸਾਡਾ ਕੈਨਸਲ ਕੀਤਾ ਗਿਆ ਉਹ ਸਾਨੂੰ ਪ੍ਰੋਗਰਾਮ ਆਪਣਾ ਵਿਡਰੋਅ ਕਰਨਾ ਪਿਆ ਕਿਉਂਕਿ ਸਾਡੇ ਕੋਲ ਕੋਈ ਵੀ ਉੱਥੇ ਜਗ੍ਹਾ ਦੀ ਬਦਲਵਾ ਕੋਈ ਬੰਦੋਬਸਤ ਨਹੀਂ ਸੀ ਹੈਗਾ ਸੋ ਭਾਰਤ ਸਰਕਾਰ ਨੇ ਦਿੱਲੀ ਦੀਆਂ ਅਥਾਰਟिटीज ਨੇ ਰਲ ਮਿਲ ਕੇ ਜਿਹੜਾ ਇੱਕ ਸਾਡੀ ਕੋਸ਼ਿਸ਼ ਸੀ ਕਿ ਸਾਰੀਆਂ ਕਟਿੰਗੀਆਂ ਨੂੰ ਇੱਕ ਪਲੇਟਫਾਰਮ ਪ੍ਰੋਵਾਈਡ ਕੀਤਾ ਜਾਵੇ ਉਹ ਪਲੇਟਫਾਰਮ ਵੀ ਸਾਡੇ ਕੋਲ ਖੋਇਆ ਭਾਰਤ ਸਰਕਾਰ ਇਸ ਗੱਲ ਦੀ ਬੁਖਲਾਹਟ ਦੇ ਵਿੱਚ ਆਈ ਕਿ ਸਾਰੀਆਂ ਘਟ ਗਿਣਤੀਆਂ ਦਿੱਲੀ ਦੇ ਵਿੱਚ ਇਕੱਠੀਆਂ ਹੋ ਰਹੀਆਂ। ਭਾਰਤ ਆਪ ਸਾਰੀ ਦੁਨੀਆ ਨੂੰ ਇਕੱਠੀਆਂ ਕਰ ਰਿਹਾ ਆਪਣੀ ਵਾਹ ਵਾ ਖੱਟਣ ਲਈ। ਨਰਿੰਦਰ ਮੋਦੀ 24 ਦੀਆਂ ਇਲੈਕਸ਼ਨਾਂ ਜਿੱਤਣਾ ਚਾਹੁੰਦਾ ਦੁਨੀਆ ਦੀ ਵਾਹ ਵਾ ਲੈ ਕੇ ਲੇਕਿਨ ਘਟ ਗਿਣਤੀਆਂ ਨੂੰ ਆਪਣਾ ਦਰਦ ਬਿਆਨ ਕਰਨ ਦੀ ਵੀ ਇਜਾਜ਼ਤ ਨਹੀਂ ਹੈ। ਤੋ ਮੈਨੂੰ ਲੱਗਦਾ ਹੈ ਕਿ ਜਿਹੜੀ ਗੱਲ ਅਸੀਂ G20 ਨੂੰ ਕਹਿਣੀ ਸੀ ਕਿ ਜਿਹੜੇ ਸਾਡੇ ਨਾਲ ਅਤਿਆਚਾਰ ਹੋ ਰਹੇ ਨੇ ਸਾਡੇ ਰਾਈਟਸ ਜਿਹੜੇ ਨੇ ਟ੍ਰੈਂਪਲ ਹੋ ਰਹੇ ਨੇ ਸਾਡੇ ਜਿਹੜੇ ਹੱਕ ਨੇ ਉਹ ਦਬਾਏ ਜਾ ਰਹੇ ਨੇ ਉਹ ਭਾਰਤ ਨੇ ਆਪ ਹੀ ਦੱਸ ਦਿੱਤਾ ਸਾਡੇ ਪ੍ਰੋਗਰਾਮ ਨੂੰ ਰੱਦ ਕਰਕੇ ਉਹ ਮੈਸੇਜ ਜਿਹੜਾ ਅਸੀਂ ਉੱਥੇ ਇਕੱਠੇ ਹੋ ਕੇ 200 ਬੰਦੇ ਦਾ ਹਾਲ ਸੀ 200 ਪਾਰਟਿਸਪੈਂਟਸ ਨੇ ਆਣਾ ਸੀ ਤੇ ਉਹਦੇ ਚੋ 20 ਸਪੀਕਰਸ ਹੋਣੇ ਸੀਗੇ ਜਿਹੜੇ 200 ਪਾਰਟਿਸਪੈਂਟਸ ਨੇ ਜਿਹੜੀ ਗੱਲ ਕਹਿਣੀ ਸੀ T20 ਨੂੰ ਪਾਰ ਸਰਕਾਰ ਨੇ ਉਸ MN20 ਜਿਹੜਾ ਸਾਡਾ ਸਿਖਰ ਸੰਮੇਲਨ ਸੀ ਕਟ ਗਿਣਤੀਆਂ ਦਾ ਸੰਮੇਲਨ ਸੀ ਉੱਤੇ ਪਾਬੰਦੀ ਲਾ ਕੇ ਖੁਦ ਹੀ ਆਪ ਹੀ ਮੈਸੇਜ ਦੇ ਦਿੱਤਾ ਕਿ ਇੱਥੇ ਗੱਲ ਕਰਨ ਦੀ ਵੀ ਆਜ਼ਾਦੀ ਨਹੀਂ ਹੈ ਇਸ ਤੋਂ ਇਲਾਵਾ ਸਿੱਖ ਭਾਈਚਾਰੇ ਦੇ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਫਰਾਂਸ ਵਿੱਚ ਦਸਤਾਰ ਦਾ ਮੁੱਦਾ ਵੀ ਚੁੱਕਿਆ ਗਿਆ ਹੈ ਐਸਜੀਪੀਸੀ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਫਰਾਂਸ ਦੀ ਰਾਸ਼ਪਤੀ ਮੈਨੂਅਲ ਮੈਕਰਨ ਦੇ ਨਾਲ ਜਦੋਂ ਕੱਲ ਨੂੰ ਪ੍ਰਧਾਨ ਮੰਤਰੀ ਮੋਦੀ ਮਿਲਣਗੇ ਤਾਂ ਫਰਾਂਸ ਦੇ ਵਿੱਚ ਜੋ ਵਿਦਿਆਰਥੀਆਂ ਦੇ ਉੱਤੇ ਦਸਤਾਰ ਬੈਨ ਲੱਗਿਆ ਹੋਇਆ ਪਿਛਲੇ 20 ਸਾਲਾਂ ਤੋਂ ਰੋਕ ਲੱਗੀ ਹੋਈ ਹੈ ਉਹ ਮੁੱਦਾ ਜ਼ਰੂਰ ਹੱਲ ਕਰਵਾਇਆ ਜਾਵੇ ਮੋਦੀ ਸਾਹਿਬ ਦੇ ਵੱਲੋਂ ਸਿੱਖਾਂ ਦੀ ਜਿਹੜੀ ਇਹ ਗੱਲ ਹੈ ਉਹ ਜ਼ਰੂਰ ਕੀਤੀ ਜਾਵੇ ਸੋ ਦੇਖਦੇ ਹਾਂ ਜੀ 20 ਸੰਮੇਲਨ ਭਾਰਤ ਵਾਸੀਆਂ ਨੂੰ ਕੀ ਦੇ ਕੇ ਜਾਵੇਗਾ ਪੰਜਾਬ ਦੇ ਕਿਸਾਨਾਂ ਅਤੇ ਸਿੱਖਾਂ ਦੇ ਮੁੱਦੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਲਮੀ ਲੀਡਰਾਂ ਦੇ ਕੋਲ ਚੁੱਕਦੇ ਹਨ ਜਾਂ ਨਹੀਂ ਹੱਲ ਕਰਵਾਉਂਦੇ ਹਨ ਜਾਂ ਨਹੀਂ ਇਹ ਕੱਲ੍ਹ ਸ਼ਾਮ ਤੱਕ ਸਾਫ਼ ਹੋ ਜਾਏਗਾ